Revival Punjabi Church presents रूढ़ियाँ प्यार सच्चे दिलों करो ते बुराई नूं घिरना करो सच नाल चिंबड़े रहो एक दूजे नाल भरावां वाला प्यार करो आदर करन विच एक दूजे नालों अगे वधो भैणों ते भरावो प्यार परमेश्वर आ जिस तरह यूहन्ना दे 3:16 विच लिखिया कि परमेश्वर ने सारी दुनिया नाल जगत नाल इन्ना प्यार किया कि अपना इकलौता पुत्र कुर्बान कर दिता जिहड़ा उस ते विश्वास करे नाश ना होवे सगों हमेशा दा जीवन प्राप्त करे जिहड़ा यीशु मसीह ते विश्वास करदा आ उहदे पाप माफ हुंदे आ ते हमेशा दी जिंदगी मिलदी उहदे लई नरक दे दरवाजे बंद हो जांदे आ पाप दा अंत मौत आ ते प्रभु यीशु मसीह ते विश्वास करना सदा दा जीवन आ हालेलुया जिस तरह रोमन दे बारां विच आपां पढ़िया आ कि प्यार सच्चे दिलों करो परमेश्वर ने साडे नाल सच्चा प्यार किया वचन च लिखा आ कि परमेश्वर पापी नूं प्यार करदा पर पाप नूं घिरना करदा आ परमेश्वर ने सानू पापियां नूं प्यार किया साडे विचों पाप कढ दिता अपने पुत्र दी कुरबानी लई के कहिंदे कि सच्चाई नूं चुंबड़े रहो सच्चाई की आ सच की आ सच परमेश्वर दा वचन आ इहदे विच बणे रहिए हालेलुया कहिंदे आदर करन विच इक दूजे तों अगे वधो एक दूजे नूं मान देना इज्जत देनी ते रिस्पैक्ट करनी परमेश्वर दा वचन दसदा है कि तुसीं उहनूं होर ज्यादा आदर दिओ जिन्ना कि उह तुहानूं दिंदा आ जिस तरह प्रभु यीशु मसीह ने वचन दे विच सानूं कहा आ कि मेरे भरा उहनां ने उह मान दिता जिहड़ा परमेश्वर ने उहनां नूं दिता सी ਉਹ ਪਰਮੇਸ਼ਰ ਦੇ ਇਕਲੌਤੇ ਪੁੱਤਰ ਸੀ ਸਾਨੂੰ ਆਪਣੇ ਭੈਣਾ ਭਰਾ ਬਣਾਇਆ ਤੇ ਪਿਤਾ ਨਾਲ ਸਾਡਾ ਮੇਲ ਕਰਾ ਦਿੱਤਾ ਆਪਣਾ ਪਿਤਾ ਦਾ ਪਿਆਰ ਸਾਡੇ ਨਾਲ ਸ਼ੇਅਰ ਕੀਤਾ ਸਾਡੇ ਤੇ ਪ੍ਰਗਟ ਕੀਤਾ ਆਪਣੀ ਜਾਨ ਦੇ ਕੇ ਇਹਨੂੰ ਕਹਿੰਦੇ ਸੱਚਾ ਪਿਆਰ ਪਵਿੱਤਰ ਪਿਆਰ ਇਹਦੇ ਵਿੱਚ ਕੋਈ ਮਤਲਬ ਨਹੀਂ ਕੋਈ ਦਾਗ ਨਹੀਂ ਗਾ ਇਸ ਪਿਆਰ ਦੇ ਵਿੱਚ ਕਿਉਂਕਿ ਪਵਿੱਤਰ ਲਹੂ ਜਿਹੜਾ ਸਵਰਗ ਦੇ ਵਿੱਚ ਤਿਆਰ ਹੋਇਆ ਕਿਸੇ ਮਾਂ ਬਾਪ ਦੇ ਤਾਲੁਕਾਤ ਨਾਲ ਨਹੀਂ ਬਲਕਿ ਪਰਮੇਸ਼ਰ ਪਿਤਾ ਦੀ ਪਵਿੱਤਰ ਆਤਮਾ ਦੇ ਰਾਹੀਂ ਕੁਆਰੀ ਦੀ ਕੁੱਖ ਦੇ ਵਿੱਚ ਉਹਨਾਂ ਨੇ ਜਨਮ ਲਿਆ ਹਾਲੇਲੂਇਆ ਪਰਮੇਸ਼ਰ ਦਾ ਧੰਨਵਾਦ ਕਰਦੇ ਭੈਣੋ ਤੇ ਭਰਾਵੋ ਪਰਮੇਸ਼ਰ ਪਿਆਰ ਆ ਤੇ ਪਿਆਰ ਸਭ ਬੁਰਾਈਆਂ ਨੂੰ ਢੱਕ ਲੈਂਦਾ ਉਹਨੇ ਸਾਡੇ ਸਾਰੇ ਪਾਪਾਂ ਨੂੰ ਢੱਕ ਲਿਆ ਅੱਜ ਪਰਮੇਸ਼ਰ ਸਾਨੂੰ ਕੀ ਚਾਹੁੰਦਾ ਆ ਹਾਲੇਲੂਇਆ ਪਰਮੇਸ਼ਰ ਇਹ ਚਾਹੁੰਦਾ ਆ ਜੋਨ 17 ਦੇ 20 ਚ ਲਿਖਿਆ ਆ ਮੈਂ ਉਹਨਾਂ ਲਈ ਨਹੀਂ ਪ੍ਰਾਰਥਨਾ ਕਰਦਾ ਸਗੋਂ ਉਹਨਾਂ ਲਈ ਵੀ ਜਿਹੜੇ ਉਹਨਾਂ ਦੇ ਵਚਨ ਦੁਆਰਾ ਤੂੰ ਮੈਨੂੰ ਦਿੱਤੇ ਆ ਇਹ ਪ੍ਰਭੂ ਯਿਸੂ ਮਸੀਹ ਜੀ ਪਿਤਾ ਦੇ ਅੱਗੇ ਸਾਡੇ ਲਈ ਪ੍ਰਾਰਥਨਾ ਕਰ ਰਹੇ ਆ ਕਹਿ ਰਹੇ ਇਕੱਲੇ ਉਹਨਾਂ ਲਈ ਨਹੀਂ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਪਰ ਉਹਨਾਂ ਦੇ ਰਾਹੀਂ ਵੀ ਜਿਹਨਾਂ ਨੇ ਤੇਰੇ ਤੇ ਵਿਸ਼ਵਾਸ ਕੀਤਾ ਉਹਨਾਂ ਲਈ ਵੀ ਪ੍ਰਾਰਥਨਾ ਕਰਦਾ ਆ ਕੀ ਆਪਾਂ ਅੱਜ ਇੱਕ ਦੂਸਰੇ ਲਈ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜਿਨ੍ਹਾਂ ਨੇ ਸਾਨੂੰ ਭਰਾ ਕਿਹਾ ਉਹ ਪਿਤਾ ਦੇ ਅੱਗੇ ਖੁਦ ਰੱਬ ਹੋ ਕੇ ਦੁਆ ਕਰਦੇ ਆ ਤੇ ਸਾਨੂੰ ਕਿੰਨੀ ਜ਼ਰੂਰਤ ਹੈ ਆਪਣੇ ਭੈਣਾਂ ਭਰਾਵਾਂ ਲਈ ਦੁਆ ਕਰਨ ਦੀ ਹਾਲੇਲੂਇਆ ਕਹਿੰਦੇ ਮੈਂ ਪ੍ਰਾਰਥਨਾ ਕਰਦਾ ਆ ਕਿ ਉਹ ਸਭ ਇੱਕ ਹੋਣ ਜਿਸ ਤਰ੍ਹਾਂ ਮੈਂ ਤੇਰੇ ਵਿੱਚ ਤੇ ਤੂੰ ਮੇਰੇ ਵਿੱਚ ਆ ਉਹ ਵੀ ਸਾਡੇ ਵਿੱਚ ਹੋਣ ਹੁਣ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੀ ਡਿਜ਼ਾਇਰ ਕੀ ਆ ਕਿ ਆਪਾਂ ਸਾਰੇ ਜਾਣੇ ਇੱਕ ਹੋਈਏ ਤਾਂ ਹੀ ਅਸੀਂ ਪ੍ਰਭੂ ਯਿਸੂ ਮਸੀਹ 'ਚ ਤੇ ਪਰਮੇਸ਼ਰ ਪਿਤਾ ਦੇ ਵਿੱਚ ਇੱਕ ਹੋ ਸਕਦੇ ਹਾਂ ਕਿਉਂਕਿ ਇੱਕੋ ਹੀ ਆਤਮਾ ਆ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਸੀ ਜਦੋਂ ਸਵਰਗ ਨੂੰ ਉਠਾਏ ਗਏ ਸੀ ਮੈਂ ਪਿਤਾ ਕੋਲ ਉੱਪਰ ਚੱਲਿਆ ਆ ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ ਇਕੱਲੇ ਨਹੀਂ ਛੱਡਾਂਗਾ ਹਰ ਸਮੇਂ ਤੁਹਾਡੇ ਨਾਲ ਹੋਵਾਂਗਾ ਉਹ ਪਵਿੱਤਰ ਆਤਮਾ ਮਦਦਗਾਰ ਦੇ ਤੌਰ 'ਤੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਉਹ ਭੇਜਾਂਗਾ ਅਤੇ ਉਹਨਾਂ ਨੇ ਭੇਜਿਆ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਜੀ 'ਤੇ ਕਿ ਉਹ ਸਾਡੇ ਪਾਪਾਂ ਦੀ ਖਾਤਰ ਸੂਲੀ 'ਤੇ ਚੜ੍ਹੇ ਅਤੇ ਉਦੋਂ ਸਾਡੇ ਪਾਪ ਮਾਫ਼ ਹੋ ਜਾਂਦੇ ਅਤੇ ਪਵਿੱਤਰ ਆਤਮਾ ਸਾਨੂੰ ਤੋਹਫ਼ੇ ਦੇ ਵਿੱਚ ਮਿਲ ਜਾਂਦਾ ਪਿਤਾ ਦਾ ਆਤਮਾ ਪਰਮੇਸ਼ਰ ਦਾ ਆਤਮਾ ਅਤੇ ਅਸੀਂ ਉਦੋਂ ਪਰਮੇਸ਼ਰ ਦੇ ਧੀਆਂ ਅਤੇ ਪੁੱਤਰ ਹੋ ਜਾਂਦੇ ਪ੍ਰਭੂ ਯਿਸੂ ਮਸੀਹ ਦੇ ਭਰਾ ਅਤੇ ਭੈਣਾਂ ਬਣ ਜਾਂਦੇ ਹਾਂ ਧੰਨਵਾਦ ਕਰਦੇ ਪਰਮੇਸ਼ਰ ਦਾ ਕਿ ਅੱਜ ਆਪਾਂ ਲੋਕ ਇੱਕ ਦੂਜੇ ਨੂੰ ਆਪਣਾ ਭੈਣ ਭਰਾ ਮੰਨਦੇ ਹਾਂ ਕਿ ਇੱਕ ਦੂਜੇ ਨਾਲ ਅਜਿਹਾ ਪਿਆਰ ਕਰਦੇ ਹਾਂ ਜੇ ਨਹੀਂ ਤੇ ਭੈਣੋ ਭਰਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਵੀ ਪਿਤਾ ਅੱਗੇ ਸਾਡੇ ਲਈ ਇਹ ਪ੍ਰਾਰਥਨਾ ਕਰਦੇ ਆ ਕਿ ਆਪਾਂ ਸਾਰੇ ਇੱਕ ਹੋਈਏ ਕਿਉਂਕਿ ਪਰਮੇਸ਼ਰ ਦੇ ਵਚਨ 'ਚ ਲਿਖਿਆ ਜਿੱਥੇ ਭਰਾ ਇੱਕ ਮਨ ਹੋ ਕੇ ਬਹਿੰਦੇ ਉੱਥੇ ਪਰਮੇਸ਼ਰ ਦਾ ਆਤਮਾ ਹੁੰਦਾ ਆ ਜਿੱਥੇ ਪਰਮੇਸ਼ਰ ਦਾ ਆਤਮਾ ਆ ਉੱਥੇ ਆਜ਼ਾਦੀ ਹੁੰਦੀ ਆ ਆਓ ਅੱਜ ਆਪਣੇ ਦਿਲਾਂ ਦੇ ਵਿੱਚੋਂ ਹਰ ਇੱਕ ਉਸ ਚੀਜ਼ ਨੂੰ ਕੱਢ ਦੇਈਏ ਜਿਹੜੀ ਸਾਨੂੰ ਇੱਕ ਹੋਣ 'ਚ ਰੁਕਾਵਟ ਬਣਦੀ ਆ ਕਿਉਂਕਿ ਪਰਮੇਸ਼ਰ ਨੂੰ ਖੁੱਲ੍ਹ ਕੇ
चमत्कार कर देगी अपनी जिंदगी दे विच, अपने चर्च दे विच, अपने परिवार दे विच। कई बार असी रुकावट बन जाने, परमेश्वर काम करना चाहता है पर साड़ी ना माफी साड़े विच रुकावट बन जाती है। धन्यवाद कर दे परमेश्वर दे इस जिंदा वचन का। मैं विश्वास कर दी हाँ कि इस वचन ने मेरी जिंदगी दे विच काम किया ते तुहाडी जिंदगी विच भी अच काम करूगा। रूह दियां गल्लां।